ਸਾਨੇ ਮੈਂ ਇਹਦੀ ਕਿਸ ਤਰ੍ਹਾਂ ਫਿਰ ਆ ਚੁੱਕੇ ਚੁੱਕੇ ਕਿਸ ਤਰ੍ਹਾਂ ਦਿਖ ਰਹੀ ਹੈ ਸਰ ਪੇਰੈਂਟਸ ਨਾਲ ਬੈ ਕੇ ਦੇਖਨੇ ਹੈਗੇ ਆ ਆਪਣੀ ਮਤਲਬ ਸਾਰੀ ਮਤਲਬ ਕਿੰਨਾ ਕੁਝ ਖਾਣ ਵਾਸਤੇ ਵੀ ਰੱਖਾਂਗੇ ਨਾਲ ਆਪਣੇ ਤੇ ਕਿਉਂਕਿ ਸਾਨੂੰ ਬਹੁਤ ਖੁਸ਼ੀ ਹੈਗੀ ਹੈ ਕਿ ਇਹ ਮੈਚ ਸਾਡਾ ਮਤਲਬ ਪਾਕਿਸਤਾਨ ਦਾ ਇੰਡੀਆ ਨਾਲ ਹੈਗਾ ਵਾ ਤੇ ਅਸੀਂ ਚਾਹੁੰਦੇ ਕਿ ਸਾਡਾ ਇੰਡੀਆ ਹੀ ਜਿੱਤੇ ਮਤਲਬ ਸਾਡੇ ਲਈ ਬਹੁਤ ਪ੍ਰਾਊਡ ਮੂਮੈਂਟ ਹੋਏਗਾ ਬਹੁਤ ਅਸੀਂ ਬਹੁਤ ਖੁਸ਼ ਹੋਵਾਂਗੇ ਜੇ ਇੰਡੀਆ ਹੀ ਜਿੱਤੇਗਾ ਮਤਲਬ ਮਤਲਬ ਸਿਕਸ ਦੇਗਾ ਰਨ ਚੌਕੇ ਹੀ ਦੇਗਾ ਠੀਕ ਪਾਕਿਸਤਾਨ ਦਾ ਅੱਜ ਮੈਚ ਹੈ ਲੜਕੀਆਂ ਕਿੰਨਾ ਕੁ ਜੋਸ਼ ਦੇ ਵਿੱਚ ਨੇ ਇਸ ਮੈਚ ਨੂੰ ਲੈ ਕੇ ਸਰ ਲੜਕੀਆਂ ਨੂੰ ਵੀ ਬਹੁਤ ਸ਼ੌਂਕ ਹੁੰਦਾ ਮੈਚ ਦੇਖਣ ਦਾ ਕਿ ਮੈਨੂੰ ਤਾਂ ਖੁਦ ਨੂੰ ਬਹੁਤ ਸ਼ੌਂਕ ਆ ਕਿ ਅੱਜ ਤੇ ਇੰਡੀਆ ਤੇ ਪਾਕਿਸਤਾਨ ਦਾ ਮੈਚ ਆ ਕਿ ਮੈਂ ਤਾਂ ਬਸ ਸਕੂਲ ਜਾ ਕੇ ਜਿਹੜਾ ਘਰੇ ਜਾ ਕੇ ਸਾਰੀ ਫੈਮਲੀ ਨਾਲ ਬਹਿ ਕੇ ਮੈਚ ਵੇਖਣਾ ਕਿ ਮੈਂ ਆਪਣੀ ਫੈਮਲੀ 'ਚ ਸਭ ਨੂੰ ਕਹਿਣਾ ਕਿ ਸਾਰੇ ਆ ਕੇ ਅੱਜ ਇੰਡੀਆ ਤੇ ਪਾਕਿਸਤਾਨ ਦਾ ਮੈਚ ਦੇਖੋ ਅਸੀਂ ਚਾਹੁੰਦੇ ਕਿ ਇੰਡੀਆ ਜਿੱਤੇ ਕਿ ਸਾਡੇ ਦੇਸ਼ ਲਈ ਬਹੁਤ ਪ੍ਰਾਊਡ ਦਾ ਮੂਮੈਂਟ ਹੋਊਗਾ ਅੱਜ ਤੇ ਪਹਿਲਾਂ ਵੀ ਮੈਚ ਦੇਖਦੇ ਨੇ ਇੰਡੀਆ ਪਾਕਿਸਤਾਨ ਦੇ ਹਾਂਜੀ ਮੈਂ ਪਹਿਲਾਂ ਵੀ ਕਾਫੀ ਮੈਚ ਦੇਖੇ ਇੰਡੀਆ ਪਾਕਿਸਤਾਨ ਦੇ ਤਾਂ ਹੀ ਮੈਨੂੰ ਪਹਿਲਾਂ ਤਾਂ ਮੈਚ ਇੰਨਾ ਨਹੀਂ ਪਸੰਦ ਸੀ ਪਰ ਜਦ ਮੈਂ ਦੇਖਣਾ ਸ਼ੁਰੂ ਕੀਤਾ ਤਾਂ ਮੈਨੂੰ ਮੈਚ ਦਾ ਬਹੁਤ ਕ੍ਰੇਜ਼ ਹੋ ਗਿਆ ਹੁਣ ਮੈਂ ਰੋਜ਼ ਜਦੋਂ ਵੀ ਮੈਚ ਆਉਂਦਾ ਮੈਂ ਬੜੇ ਵੇਖਦੀ ਹਾਂ ਚਾਹ ਦੇ ਨਾਲ ਤੇ ਸਾਰਿਆਂ ਨੂੰ ਕਹਿੰਦੀ ਕਿ ਮੈਚ ਦੇਖੋ ਠੀਕ ਠੀਕ ਸਾਨਾ ਮੈਚ ਆ ਤੁਸੀਂ ਸਟੂਡੈਂਟਸ ਹੋ ਸਕੂਲ ਪੜ੍ਹਨ ਆਏ ਹੋ ਕਿੰਨਾ ਦਾ ਕ੍ਰੇਜ਼ ਹੈਗਾ ਆ ਕੀ ਐਕਸਪੈਕਟੇਸ਼ਨਸ ਆ सर हमें तो एक्सपेक्टेशंस यही है कि हमारा इंडिया जीतेगा हम यही चाहते हैं मतलब मेरे को तो बहुत क्रेज़ है कि स्पोर्ट्स इवेंट्स का बहुत क्रेज़ होता है मेरे को तो यही है कि हमारा इंडिया जो वो पाकिस्तान से जीते और हमारे देश के लिए बहुत प्राउड मूवमेंट होगा ये अगर हमारा देश जीत जाएगा तो अब जैसे हम घर जाते ही मेरे को इतना क्रेज़ है कि मैंने सबसे पहले टीवी ऑन करने से 2 बजे हमें छुट्टी होगी तो उसके बाद इतना क्रेज़ है कि सारे काम छोड़ के आज मैच ही देखना है हमें तो मैं तो यही चाहती हूँ कि हमारा इंडिया ही जीते क्योंकि हमारी कंट्री के लिए प्राउड मूवमेंट होगा ये मैच है किन्ना का जोश हैगा की प्लानिंग कीती हुई है सर इस वजह से पूरी इंडिया में जोश हैगा बस खासकर कुड़ियों में जिन्ना जोश हैगा ओना मुंडियों में आजकल घट ही देखा जाता जिदा कि स्पोर्ट्स पहला भी इंडिया जिहड़ा वा पाकिस्तान तो जितया होया वा ते अज जिहड़ा मैच होएगा 3 बजे ओहदे लई सब बहुत एक्साइटेड ने ते असीं सारे चाहुंदे हां कि इंडिया ही जित्ते खेडां चंगा माहौल भी पैदा करदियां हां जी खेडां विच मतलब कि मानसिक तंदुरुस्ती आंदी है ते इहदे नाल लोकां विच उत्साह ते जोश पैदा हुंदा कि साडा देश जदों जितेगा ते उहदे नाल सारे लई प्राउड मूवमेंट हैगा वा ते इहदे लई असीं बहुत खुश हां